कल बड़ा दुखदाई जड़ा मैं कह सकदा किते भी जड़ा अग दा लगना जड़ा ना बड़ा अनफॉर्चुनेट हुंदा दुखदाई हुंदा लेकिन कई चीज़ां दे बंदे दा बस नहीं हुंदा क्योंकि दिवाली दा सीजन सी पटाके चलदे आ किते कोई चंग्यारी कित्थों आ जाणी कोई अस्तवाजी डिगी है जां कोई होर पटाका आ के डिगया फर्नीचर दा काम इहनां दा बहुत नुकसान होया। लेकिन मैं कह सकदा ਵੀ ਜਿਹੜਾ ਜਾਨੀ ਨੁਕਸਾਨ ਤੋਂ ਆਪਾਂ ਬਚ ਗਏ ਹਾਂ ਇਹ ਵੀ ਇੱਕ ਚਲੋ ਅੱਛੀ ਗੱਲ ਹੈ। ਔਰ ਨਾਲ ਹੀ ਡੈਰੀ ਸੀਗੀ ਜਾਨਵਰਾਂ ਦੇ ਦਾ ਵੀ ਨੁਕਸਾਨ ਹੋਇਆ ਉਹ ਵੀ ਦੁਖਦਾਈ ਆ ਜਾਨਵਰ ਵਿਚਾਰੇ ਬੇਜਾਨ ਆ। ਲੇਕਿਨ ਮੈਂ ਇੱਕ ਗੱਲ ਦੀ ਤਾਰੀਫ ਕਰਦਾ ਸਾਡੀ ਫਾਇਰ ਬ੍ਰਿਗੇਡ ਦੇ ਡਿਪਾਰਟਮੈਂਟ ਨੇ ਸਾਡੇ ਪੁਲਿਸ ਡਿਪਾਰਟਮੈਂਟ ਨੇ ਸਾਡੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਨੇ ਰਾਤ ਨੂੰ ਇੱਥੇ ਪਹੁੰਚ ਕੇ ਇੱਕ ਆਪਣੇ ਡਿਊਟੀ ਦੀ ਮਿਸਾਲ ਕਾਇਮ ਕੀਤੀ ਹੈ ਜਿਹੜੀ ਫਾਇਰ ਬ੍ਰਿਗੇਡ ਆ ਅੱਗੇ ਵੀ ਡਿਊਟੀ ਦੀ ਮਿਸਾਲ ਕਾਇਮ ਕਰਦੀ ਰਹੀ ਹੈ। ਸੋ ਇਲਾਕੇ ਦੇ ਲੋਕਾਂ ਨੇ ਖੁਦ ਆ ਕੇ ਇੱਥੇ ਨਾਲ ਰਲ ਕੇ ਸਾਰਿਆਂ ਨੇ ਫਿਰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਂਢੀਆਂ ਗੁਆਂਢੀਆਂ ਦਾ ਨੁਕਸਾਨ ਤੋਂ ਬਚਾਇਆ ਜਾ ਸਕਦੇ ਕਿਉਂਕਿ ਉੱਧਰ ਮੈਂ ਦੇਖਿਆ ਬੱਚਿਆਂ ਨੇ ਜਾਨਵਰਾਂ ਦੇ ਸੰਗਲ ਖੋਲ੍ਹੇ ਆ ਉਹਨਾਂ ਦੇ ਆਪਣੇ ਹੱਥ ਲੂਹ ਹੋ ਗਏ ਆ ਲੇਕਿਨ ਉਹਨਾਂ ਨੇ ਬੜਾ ਦਲੇਰੀ ਦਿਖਾਈ ਹੈ ਉਹਨਾਂ ਬੱਚਿਆਂ ਨੇ ਤਾਂ ਕਿ ਉਹਨਾਂ ਨੂੰ ਜਾਨਵਰਾਂ ਦਾ ਦਰਦ ਸੀਗਾ ਇਹ ਜਾਨਵਰ ਜਿਹੜੇ ਸੰਕਟ ਦੇ ਵਿੱਚ ਇਸ ਵੇਲੇ ਉਹਨਾਂ ਨੇ ਆਪਣੀ ਜਾਨ 'ਤੇ ਖੇਲ ਕੇ ਬੱਚਿਆਂ ਨੇ ਉਹਨਾਂ ਦੀ ਜਿਹੜਾ ਜਾਨਵਰਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ। ਸੋ ਮੈਂ ਜਿੰਨੇ ਵੀ ਹੋ ਗਏ ਲੇਕਿਨ ਆਪਾਂ ਹੁਣ ਚਾਹਵਾਂਗੇ ਮੈਂ ਇੱਥੋਂ ਇਹ ਗੱਲ ਕਰਨ ਦਾ ਮਕਸਦ ਹੈ ਸਾਰੀ ਐਡਮਿਨਿਸਟ੍ਰੇਸ਼ਨ ਖੜ੍ਹੀ ਹੈ ਇਸ ਵੇਲੇ ਸਾਡੇ ਡੀ ਐਸ ਪੀ ਸਾਹਿਬ ਰਾਤੀ ਪਹੁੰਚੇ ਇਸ ਵੇਲੇ ਨਾਇਬ ਤਹਿਸੀਲਦਾਰ ਸਾਹਿਬ ਵੀ ਖੜ੍ਹੇ ਹੈ ਸਾਰੇ ਤੁਹਾਡੇ ਐਨੀਮਲ ਹਸਬੈਂਡਰੀ ਦੇ ਜਿਹੜੇ ਤੁਹਾਡਾ ਇਸ ਵੇਲੇ ਜੀ ਇੰਚਾਰਜ ਜਿਹੜੇ ਹੈਗੇ ਸਾਡੇ ਡਾਕਟਰ ਜਿਹੜੇ ਹੈਗੇ ਆ ਉਹ ਵੀ ਖੜ੍ਹੇ ਆ ਇਹ ਸਪੈਸ਼ਲੀ ਪਹੁੰਚੇ ਆ ਦੇਖਣ ਲਈ ਇਹਨਾਂ ਦੀ ਟੀਮ ਪਹਿਲਾਂ ਆ ਗਈ ਸੀ ਰਾਤੀ। ਸੋ ਸਾਰਿਆਂ ਨੇ ਰਲ ਮਿਲ ਕੇ ਇੱਕ ਅੱਛਾ ਐਗਜ਼ਾਮਪਲ ਪੇਸ਼ ਕੀਤਾ ਵੀ ਇੱਦਾਂ ਦਾ ਅਗਰ ਮੌਕਾ ਆ ਜਾਵੇ ਤਾਂ ਸਾਨੂੰ ਕਿੱਦਾਂ ਜੁਝਾਰੂ ਹੋ ਕੇ ਮੌਕੇ 'ਤੇ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਮਿਸਾਲ ਹੈ। ਔਰ ਮੈਂ ਹੁਣ ਚਾਹੂੰਗਾ ਵੀ ਇੰਸ਼ੋਰੈਂਸ ਕੰਪਨੀ ਨੁਕਸਾਨ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਗੱਡੀਆਂ ਇਹਨਾਂ ਦੀਆਂ ਲੋਡ ਕਰਨ ਵਾਲੀਆਂ ਗੱਡੀਆਂ ਸਕੂਟਰ ਔਰ ਤੋਂ ਲੈ ਕੇ ਜਿਹੜਾ ਫੋਮ ਦਾ ਕਿੰਨਾ ਨੁਕਸਾਨ ਹੋਇਆ ਜਿਸ ਕੰਪਨੀ ਦੀ ਵੀ ਇੰਸ਼ੋਰੈਂਸ ਹੈ ਉਹਨਾਂ ਨੂੰ ਵਿਜ਼ਿਟ ਕਰਕੇ ਇਹਨਾਂ ਨੂੰ ਕਿਉਂਕਿ ਇੱਕ ਬਿਜ਼ਨਸਮੈਨ ਬੜੀ ਮੁਸ਼ਕਲ ਨਾਲ ਆਪਣਾ ਕਾਰੋਬਾਰ ਖੜ੍ਹਾ ਕਰਦਾ ਹਰੇਕ ਆਦਮੀ ਅੱਜ ਕੱਲ੍ਹ ਇਸ ਦੌਰ ਦੇ ਵਿੱਚ। ਸੋ ਸਾਡੇ ਵੱਲੋਂ ਅਗਰ ਕਿਸੇ ਸਪੋਰਟ ਦੀ ਲੋੜ ਹੈ ਮੈਂ ਮਾਨਯੋਗ ਮੁੱਖ ਮੰਤਰੀ ਵੱਲੋਂ ਜਿਸ ਚੀਜ਼ ਦੀ ਵੀ ਉਹਨੂੰ ਲੋੜ ਹੈ ਪਰਿਵਾਰ ਨੂੰ ਆਪਾਂ ਜ਼ਰੂਰ ਉਹਦਾ ਭਗਵੰਤ ਮਾਨ ਜੀ ਵੱਲੋਂ ਉਹਦੀ ਮੈਂ ਜ਼ਰੂਰ ਆਪਾਂ ਇਹਨਾਂ ਦੀ ਮਦਦ ਕਰਾਂਗੇ ਸਰਕਾਰ ਇਹਨਾਂ ਦੀ ਮਦਦ ਦੇ ਨਾਲ ਹੈ। ਔਰ ਮੈਂ ਇੰਸ਼ੋਰੈਂਸ ਕੰਪਨੀ ਨੂੰ ਅਪੀਲ ਕਰਦਾ ਵੀ ਕਿਉਂਕਿ ਉਹਨਾਂ ਦੀ ਡਿਊਟੀ ਬਣਦੀ ਹੈ ਉੱਥੇ ਆ ਕੇ ਇਹਨਾਂ ਦੀ ਹਰੇਕ ਚੀਜ਼ ਨੂੰ ਦੇਖ ਕੇ ਇਹਨਾਂ ਨੂੰ ਵੱਧ ਤੋਂ ਵੱਧ ਜੋ ਹੈਗਾ ਹਰੇਕ ਜਿਹੜੀ ਤਾਂ ਕਿ ਆਪਣਾ ਕਾਰੋਬਾਰ ਜਲਦ ਤੋਂ ਜਲਦ ਦੁਆਰਾ ਖੜ੍ਹਾ ਕਰ ਸਕਣ। ਅਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਸਭ ਨੇ ਅੱਗੇ ਹੋ ਕੇ ਇਹਨਾਂ ਦੀ ਮਦਦ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਜੀ ਸਰ ਰਾਤੀ ਤੁਸੀਂ ਵੀ ਇੱਥੇ ਸੀਗੇ ਨਾਲ ਰਾਤੀ ਸਾਨੂੰ ਜਿਹੜੇ ਕੰਟਰੋਲ ਰਾਹੀਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਸੁਖੀਆਬਾਦ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਸੋਫੇ ਬਣਾਉਣ ਦੀ ਫੈਕਟਰੀ ਹੈਗੀ ਆ ਫਰਨੀਚਰ ਬਣਾਉਣ ਦੀ ਅਤੇ ਉੱਥੇ ਅੱਗ ਲੱਗ ਗਈ ਹੋਈ ਆ। ਅਸੀਂ ਮੈਂ ਆਪਣੀ ਸਮੇਤ ਟੀਮ ਥਾਣੇ ਤੋਂ ਪੀ ਸੀ ਆਰ ਵਗੈਰਾ ਸਾਰੀ ਨਾਲ ਲੈ ਕੇ ਪਹੁੰਚਿਆ ਸੀਗਾ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਜਿਹੜਾ ਆ ਇੱਥੇ ਅੱਗ 'ਤੇ ਕਾਬੂ ਪਾਇਆ ਗਿਆ। ਲੋਕਾਂ ਨੇ ਵੀ ਕਾਫੀ ਸਹਿਯੋਗ ਦਿੱਤਾ ਹੈ ਇੱਥੇ ਅਤੇ ਥੋੜ੍ਹੀ ਜਿਹੀ ਪ੍ਰੋਬਲਮ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਥੋੜ੍ਹੀ ਪ੍ਰੋਬਲਮ ਜਿਹੜੀ ਹੈਗੀ ਆ ਜਾਨਵਰ ਜਿਹੜੇ ਨਾਲ ਹੀ ਡੇਰੀ ਸੀਗੀ ਫੈਕਟਰੀ ਦੇ ਉਹਨਾਂ ਨੂੰ ਜਿਹੜੀ ਆ ਅੱਗ ਥੋੜ੍ਹੀ ਸੇਕ ਲੱਗ ਗਿਆ ਆ ਅਤੇ ਚਾਰ ਜਿਹੜੇ ਹੈਗੇ ਆ ਜਾਨਵਰ ਜਿਹੜੇ ਆ ਉਹ ਨੁਕਸਾਨ ਹੋਇਆ ਉਹਨਾਂ ਦਾ ਥੋੜ੍ਹਾ ਜਿਹਾ ਅਤੇ ਬਾਕੀ ਇੱਥੇ ਜਿਹੜੇ ਆ ਟਾਈਮ ਸਿਰ ਕੰਟਰੋਲ ਹੋ ਗਿਆ ਸੀਗਾ। ਸਰ ਮੇਰਾ ਨਾਮ ਬਲਵਿੰਦਰ ਸਿੰਘ ਆ ਮੇਰੀ ਮਿਸਜ ਇੱਥੋਂ ਕੌਂਸਲਰ ਆ ਸੁਨੀਤਾ ਬਾਗਾ ਜੀ ਵਾਰਡ ਨੰਬਰ 49 ਤੋਂ। ਬੜੀ ਦੁੱਖ ਵਾਲੀ ਗੱਲ ਆ ਕਿ ਅੱਜ ਕੱਲ੍ਹ ਰਾਤੀ ਮੇਰੇ ਵੱਡੇ ਭਾਅ ਜੀ ਸਰਬਜੀਤ ਜਿਹੜੇ ਸਾਡੇ ਐਕਸ ਐਮ ਸੀ ਸਾਹਿਬ ਆ ਉਹਨਾਂ ਦਾ ਇਹ ਹੈਗਾ ਜੀ ਇੱਕ ਗਡਾਊਨ ਵੀ ਹੈਗਾ ਔਰ ਨਾਲ ਇੱਥੇ ਸਰਵੇ ਆਪਣੇ ਵਰਕਸ਼ਾਪ ਹੈਗੀ ਇਹਨਾਂ ਦੀ। ਇਹਦੇ ਵਿੱਚ ਰਾਤੀ ਅਚਾਨਕ 9:15 ਕੋਈ ਚੰਗਿਆੜੀ ਪਈ ਜਾਂ ਕੋਈ ਪਟਾਕਾ ਡਿੱਗਿਆ ਪਤਾ ਨਹੀਂ ਕਿਸ ਤਰ੍ਹਾਂ ਕੀ ਕਾਰਨ ਹੋਇਆ ਉਹਦੇ ਕਾਰਨ ਇੰਨੀ ਇੱਥੇ ਅੱਗ ਭਿਆਨਕ ਹੋ ਗਈ ਵੀ ਬੜਾ ਹੀ ਉਬਾਲਾ ਉੱਠਿਆ ਕਾਫੀ ਅੱਗ ਲੱਗ ਚੁੱਕੀ ਜਦ ਨੂੰ ਮੈਂ ਵੀ ਮੌਕੇ 'ਤੇ ਆ ਗਿਆ ਸੀਗਾ 5-7 ਮਿੰਟ ਦੇ ਵਿੱਚ ਹੀ ਫਿਰ ਅਸੀਂ ਆ ਕੇ ਜ਼ਿਆਦਾ ਕੋਸ਼ਿਸ਼ ਕੀਤੀ ਮੁਹੱਲੇ ਵਾਲਿਆਂ ਨੇ ਜ਼ਿਆਦਾ ਸਪੋਰਟ ਕੀਤੀ ਜੀ ਸਹੀ ਮੈਨੇ ਤਾਂ ਜਿਹੜੀ ਕਾਰਪੋਰੇਸ਼ਨ ਦੀ ਗੱਡੀ ਆ ਫਾਇਰ ਬ੍ਰਿਗੇਡ ਦੀ ਉਹ 1.5 ਘੰਟੇ ਬਾਅਦ ਆਈ ਆ ਜਿਹੜੇ ਮੁਹੱਲਾ ਵਾਸੀ ਸੀਗੇ ਇਹਨਾਂ ਨੇ ਇੱਕ ਇੱਕ ਬਾਲਟੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੇ ਇੱਥੇ ਪਾਣੀ ਸੁੱਟਿਆ ਕੋਸ਼ਿਸ਼ ਕੀਤੀ ਆਪਾਂ ਗੱਡੀਆਂ ਬਚਾਉਣ ਦੀ ਵੀ ਸਾਰਾ ਕੁਝ ਕੀਤਾ ਲੇਕਿਨ ਚਲੋ ਅੱਗ ਬਹੁਤ ਜ਼ਿਆਦਾ ਸੀਗੀ ਨਹੀਂ ਬੁਝਾਈ ਜਾ ਸਕੀ
फिर उस तो बाद गड्डी आई आ, फिर कुछ शांति मिली आ, उस तो बाद एक गड्डी आने तो बाद फिर एक गड्डी आई आ पौने घंटे बाद जी, ता जाके महल्ले वालिया ने मुंडिया ने कट्ठे हो के उपर चढ़ के टीना पट्टिया जी, मैं भी नाले सगा पट के बिच अग बुझाई, और आले दुआले जिहड़े घर सीगे इन्हां नूं बहुत नुकसान होया। कोई घर हैगा इत्थे पिछे घर हैगा जी, उन्हां दा फेफड़ियां उट गईयां, कंध पाट गई, कईयां दा कि नुकसान पता। इधर मेरे गुरमीत भाजी हैगे जी, उन्हां दीआं मझां नूं नुकसान होया, मझां सड़ गईयां विचारियां दीआं, बड़ा दुखदाई होया। बहुत इस गल नाल असीं बड़े परेशान होए हां, साडे भाई साहब दा बहुत वड्डा नुकसान होया हैगा। मैं सरकार अगे बेनती करदा हाँ कि भाई साहब नूं जो नुकसान होया है उन्हां दा नुकसान सरकार जिदा भी हो सके वध तो वध उन्हां दा साथ देण, और उन्होंने जो मुआवजा उन्हों का हैगा बनता उन्होंने इंश्योरेंस कराई आ, इंश्योरेंस के भी सहयोग कर उन्होंने मेरा भरा। बहुत बहुत धन्यवाद जी। रहने वाला साढ़े कोल फैक्ट्री अग लग गई, वो साढ़े डेयरी में बहुत नुकसान होया, मेरिया पांच मझा सड़ गई जो बहुत बुरी तरह सड़ गई। बाकी प्रशासन में यही आ कि थोड़ा बहुत हेल्प की जाए, यही चाहते हैं। फिर डॉक्टर की थोड़ी मदद की जाए, उनका डॉक्टर आता भी आ, तो बड़ी मेहरबानी तीन। थैंक यू भाई। अनमोड़ बड़ो परम का ना है, राती अचानक इसे अग लग गई है, पता नहीं की कारण हो किदा लगी है। अंदर काफ़ी समान पियागा, रूम के गद्दे पे से, अलमारियां पे, मशीनरी पे सी, शैड भी सारा जाके थले डिग पे, अग इन्नी ज्यादा गड्डी भी इस सी, कार सी वो भी जल गई है, आले दुआले भी थोड़ा नुकसान किया, चार पाँच मझा भी सेक वगैरह लग गया है। नुकसान हो गया, नुकसान 20 लाख के करीब नुकसान हो गया जी। प्रशासन का की सहयोग होया जी? प्रशासन का सहयोग है, राती डिप्टी साहब आ गया सी मौके पे, ते पुलिस भी पहुंची हो सी, ते फाइबर गेट के, फाइबर गेट को अद्धे घंटे के बीच आ गए सी, अद्धे घंटे तक। महल्ले ने भी सहयोग किया? महल्ले ने पूरा सहयोग किया, महल्ले ने बाल्टियां ला के उन्होंने आने तो पहला अग बुझाई है जी, थोड़ियां बाल्टियां लैके साढ़े गुआंढियां ने भी होर सारियां ने मतलब पूरी कोशिश की अग बुझाने की।